ਪੰਜਾਬ ਪੁਲਿਸ ਨੂੰ ਅੱਜ ਯਸਾਈ ਬੈਕਡ ਟੈਰਰ ਮੋਡਿਊਲਸ ਦੇ ਅਗੇਂਸਟ ਦੋ ਵੱਡੀ ਸਫਲਤਾਵਾਂ ਮਿਲੀਆਂ ਹੈ ਜਦੋਂ ਕਿ ਸੈਪਰੇਟ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਦੇ ਵਿੱਚ ਇੱਕ ਅਸੀਂ ਯੁਵਰਾਜ ਸਬਰਵਾਲ ਗ੍ਰਿਫਤਾਰ ਕੀਤਾ ਹੈ ਜੋ ਅੰਮ੍ਰਿਤਸਰ ਆਈਈਡੀ ਕੇਸ ਦਾ ਮੇਨ ਅਕਿਊਜ਼ ਸੀਗਾ ਇਸ ਦੇ ਨਾਲ ਸਾਡੀ ਇਨਵੈਸਟੀਗੇਸ਼ਨ ਰੈਪ ਅਪ ਹੋ ਗਈ ਹੈ ਕੁੱਲ 8 ਅਕਿਊਜ਼ ਅਰੈਸਟ ਹੋ ਚੁੱਕੇ ਹੈ ਇਸ ਕੇਸ ਦੇ ਵਿੱਚ ਇਸ ਦੀ ਤਾਰਾਂ ਲਖਵੀਰ ਲੰਡਾ ਅਤੇ ਹਰਵਿੰਦਰ ਰਿੰਦਾ ਨਾਲ ਜੁੜਿਆ ਸੀ ਦੂਜੇ ਆਪਰੇਸ਼ਨ ਦੇ ਵਿੱਚ ਅਸੀਂ ਬਲਜੀਤ ਸਿੰਘ ਅਤੇ ਗੁਰਬਖਸ਼ ਸਿੰਘ ਦੋਵੇਂ ਮੱਖੂ ਦੇ ਸੀਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੇ ਕਬਜ਼ੇ ਤੋਂ ਇੱਕ AK-56 ਰਾਈਫਲ ਰਿਕਵਰ ਕੀਤੀ ਹੈ ਇਹ ਕਨਸਾਈਨਮੈਂਟ ਜਿਹੜੀ ਹੈਗੀ ਲਖਵੀਰ ਲੰਡੇ ਦੇ ਆਰਡਰਸ ਤੇ ਹਰਪ੍ਰੀਤ ਸਿੰਘ ਹੈਪੀ ਸੰਗੇੜਾ ਜੋ ਕਿ ਇਟਲੀ ਬੈਠਾ ਹੈ ਉਸ ਨੇ ਇਸ ਮੋਡਿਊਲ ਨੂੰ ਮਾਸਟਰਮਾਈਂਡ ਕੀਤਾ ਸੀਗਾ ਇਹ ਦੋਵੇਂ ਆਪਰੇਸ਼ਨਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਿਜ਼ਨ ਨੂੰ ਜਿਹੜਾ ਕਿ ਪੰਜਾਬ ਨੂੰ ਕ੍ਰਾਈਮ ਫਰੀ ਬਣਾਉਣਾ ਚਾਹੁੰਦਾ ਹੈ ਨੂੰ ਅੱਗੇ ਲੈ ਜਾਣ ਦੇ ਵਿੱਚ ਵੱਡੀ ਸਫਲਤਾ ਹੈ।